ਵਿਸ਼ੇ ਬੰਗਾਲੀ ਚੇਅਰਮੈਨ ਭਗਵਾਨ ਵਾਲਮੀ ਸੰਘਰਸ਼ ਦਲ। ਅੱਜ ਸਾਡੇ ਸਮੂਹ ਜਥੇਬੰਦੀਆਂ ਨੇ ਇਕੱਠੇ ਹੋ ਕੇ ਇਹ ਫੈਸਲਾ ਕੀਤਾ ਹੈ ਕਿ ਜੋ ਪੰਜਾਬ ਸਰਕਾਰ ਵੱਲੋਂ ਆਏ ਦਿਨ ਹੀ ਦਲਿਤ ਸਮਾਜ ਪ੍ਰਤੀ ਕੋਈ ਨਾ ਕੋਈ ਨਵਾਂ ਫੈਸਲਾ ਲਿਆ ਜਾਂਦਾ ਹੈ ਜੋ ਐਸੀ ਸਮਾਜ ਦੇ ਉਲਟ ਜਾ ਰਿਹਾ ਹੈ। ਦੋ ਦਿਨ ਪਹਿਲਾਂ ਪੰਜਾਬ ਸਰਕਾਰ ਨੇ ਇਹ ਫੈਸਲਾ ਲਿਆ ਹੈ ਕਿ ਜੋ ਐਸੀ ਬੱਚੇ PCS ਜੋ ਇਗਜ਼ਾਮ ਦਿੰਦੇ ਸੀ ਉਹਦੇ ਵਿੱਚ ਘੱਟ ਤੋਂ ਘੱਟ 8 ਵਾਰੀ ਮੌਕਾ ਮਿਲਦਾ ਸੀ, ਪਰ ਹੁਣ ਸਰਕਾਰ ਨੇ ਬਿਨਾਂ ਕਿਸੇ ਮੀਟਿੰਗ ਦੇ ਜੋ ਇੱਕ ਨਾ ਤਾਂ ਕਿਤੇ ਕੈਬਨਿਟ ਵਿੱਚ ਮਤਾ ਪਾਸ ਕੀਤਾ ਗਿਆ, ਨਾ ਰਾਸ਼ਟਰੀ ਐਸੀ ਕਮਿਸ਼ਨ ਨੂੰ ਸੂਚਿਤ ਕੀਤਾ ਗਿਆ ਅਤੇ ਔਰ ਇਹ ਮਤਾ ਪਾਸ ਕੀਤਾ ਗਿਆ ਹੈ। ਪੇਪਰਾਂ ਵਿੱਚ ਖਬਰਾਂ ਲੱਗੀਆਂ ਨੇ ਕਿ ਜਿਹੜੇ ਐਸੀ ਬੱਚੇ ਨੇ ਉਹ ਸਿਰਫ 4 ਵਾਰੀ ਹੀ ਟੈਸਟ ਦੇ ਸਕਦੇ ਹਨ। ਇਸੇ ਤਰ੍ਹਾਂ ਬਹੁਤ ਸਾਰੇ ਫੈਸਲੇ ਪੰਜਾਬ ਸਰਕਾਰ ਨੇ ਐਸੀ ਸਮਾਜ ਦੇ ਉਲਟ ਲਏ ਨੇ, ਜਿਸ ਤਰ੍ਹਾਂ SC ST ਕਮਿਸ਼ਨ ਦੇ ਜੋ ਮੈਂਬਰ ਬਣਦੇ ਸੀ ਉਹ ਵੀ ਘਟਾਏ ਗਏ ਹਨ। ਹੋਰ ਵੀ ਬੜੇ ਫੈਸਲੇ ਨੇ ਕਿ ਜਿਹੜੇ ਸਮਾਜ ਨੂੰ ਬੜੀ ਤਕੜੀ ਪੰਜਾਬ ਸਰਕਾਰ ਵੱਲੋਂ ਇਹ ਸਮਾਜ ਵਾਸਤੇ ਇੱਕ ਬਹੁਤ ਮਦਭਾਗਾ ਫੈਸਲਾ ਆ ਰਿਹਾ ਹੈ। ਅਸੀਂ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦੇ ਹਾਂ ਕਿ ਜੋ ਆਏ ਦਿਨ ਹੀ ਸਮਾਜ ਸਾਡੇ ਸਮਾਜ ਨਾਲ ਇਹ ਧੱਕਾ ਹੋ ਰਿਹਾ ਹੈ, ਇਹਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜੋ ਪੰਜਾਬ ਸਰਕਾਰ ਨੇ ਇਹ ਫੈਸਲਾ ਲਿਆ ਹੈ ਇਹਨੂੰ ਵਾਪਸ ਲਵੇ, ਨਹੀਂ ਤਾਂ ਜਥੇਬੰਦੀਆਂ ਸੜਕਾਂ 'ਤੇ ਉਤਰਨਗੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਦਾਸ ਜਥੇਦਾਰ ਮੇਜਰ ਸਿੰਘ ਸੋਢੀ, ਮੁਖੀ ਦਸ਼ਮੇਸ਼ ਚਰਨਾਂ ਦਾਲ, ਸਮੁੱਚੀਆਂ ਨਿਹੰਗ ਸਿੰਘ ਰੰਗਰੇਟਾ ਜਥੇਬੰਦੀਆਂ, ਇਹ ਬੇਨਤੀ ਕਰਦੇ ਹਾਂ ਪੰਜਾਬ ਸਰਕਾਰ ਨੂੰ ਵੀ ਰੋਜ਼ ਦੇ ਰੋਜ਼ ਕੋਈ ਨਾ ਕੋਈ ਇਹ ਨਵਾਂ ਫੈਸਲਾ ਲੈ ਕੇ ਜਿਹੜੇ SC ਲੋਕਾਂ ਦਾ, ਗਰੀਬ ਭਾਈਚਾਰੇ ਦਾ ਗਾਲ ਘੁੱਟ ਰਿਹਾ, ਇਹ ਆਪਣੀਆਂ ਇਹ ਜਿਹੜੀਆਂ ਲੋਕ ਮਾਰੂ ਨੀਤੀਆਂ ਇਹ ਤੁਰੰਤ ਬੰਦ ਕਰਨ, ਨਹੀਂ ਤਾਂ ਜਿੰਨਾ ਵੀ ਗਰੀਬ ਸਮਾਜ ਹੈ ਇਹ ਸੜਕਾਂ ਦੇ ਉਤਰਨ ਲਈ ਮਜਬੂਰ ਹੋਵੇਗਾ। ਜਿਹੜਾ ਹੁਣ ਇਹਨਾਂ ਨੇ PCS ਡੀਸ਼ਲ ਦਾ ਜਿਹੜਾ ਬੱਚੇ ਸਾਡੇ ਜਾਂ ਕੋਈ ਦਿੰਦੇ ਸੀ ਉਹਦਾ ਪੇਪਰ, ਉਹ ਇਹਨਾਂ ਨੇ ਸਿਰਫ 4 ਵਾਰੀ ਕਰ ਦਿੱਤਾ, ਕਿਉਂਕਿ ਪਹਿਲਾਂ ਵੱਧ ਮੌਕੇ ਮਿਲਦੇ ਸੀ। ਉਹ ਨਾ ਦੇ ਕਿਸੇ SC ਕਮਿਸ਼ਨ ਨੂੰ ਸੂਚਿਤ ਕੀਤਾ ਗਿਆ ਹੈ, ਨਾ ਹੀ ਕੋਈ ਕੈਬਨਿਟ ਦੇ ਵਿੱਚ, ਨਾ ਹੀ ਕਿਸੇ MLA ਜਾਂ ਕਿਸੇ ਨੂੰ ਵਿਸ਼ਵਾਸ ਦੇ ਵਿੱਚ ਲੈਣ ਤੋਂ ਬਗੈਰ ਹੀ ਇਹਨਾਂ ਸਾਰਾ ਕੀਤਾ। ਇਹਦਾ ਅਸੀਂ ਵਿਰੋਧ ਕਰਦੇ ਹਾਂ, ਪੰਜਾਬ ਸਰਕਾਰ ਨੂੰ ਅਪੀਲ ਕਰ ਦਿੰਦੇ ਆਪਣਾ ਫੈਸਲਾ ਵਾਪਸ ਲਿਆ ਜਾਵੇ, ਨਹੀਂ ਤਾਂ ਇਹਦਾ ਡਟ ਕੇ ਵਿਰੋਧ ਹੋਵੇਗਾ।